ਅਸਲਾਮੁ ਅਲੈਕੁਮ ਸ਼ਾਹਜਹਾਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਦੋਸਤੋ ਕਿਵੇਂ ਹੋ ਠੀਕ ਹੋ ਖੈਰੀਅਤ ਹੈ 95 ਮਾਸ਼ਾਅੱਲਾ ਫੁੱਲ ਰੈਡੀ ਹੋਇਆ ਖੜ੍ਹਾ ਕੱਲ੍ਹ ਪਰਸੋਂ ਦਾ ਅਤੇ ਵਾਰ ਵਾਰ ਦਿਖਾਉਂਦੇ ਪਏ ਸਾਨੂੰ ਅਹਿਸਾਸ ਥੀਂਦਾ ਕਿ ਤੁਸਾਂ ਆਦੇ ਹੋ ਸੁਖੀ ਯਾਰ ਸਟਾਰਟ ਕਰਕੇ ਦਿਖਾਵੇ ਨਾ ਨਹਿਕ ਗਿਆ ਹੋਇਆ ਹੈ ਦਰੀਆ ਖਾਨ ਪਤਾ ਨਹੀਂ ਆਇਲ ਗਿਨ ਆਉਂਦਾ ਜਾਂ ਨਹੀਂ ਆਇਲ ਗਿਨਣ ਗਿਆ ਹੋਇਆ ਹਾਈ ਸਵੇਰ ਦਾ ਹੁਣ ਨਹੀਂ ਪਤਾ ਕਿਸ ਟਾਈਮ ਆਉਂਦਾ ਉਹ ਰੈਡੀ ਹੈ ਇਨਸ਼ਾਅੱਲਾ ਅਤੇ ਇਹ ਜਨਾਬ 94 ਦਾ ਕੰਮ ਸ਼ੁਰੂ ਹੋਏ ਟੈਫਟ ਬੈਸਰੀ ਨੂੰ ਖੋਲ੍ਹੋ ਇਹ ਜਨਾਬ ਸ਼ਿਫਟਰ ਨੂੰ ਖੋਲ੍ਹੋ ਹੋਏ ਸ਼ਿਫਟਰ ਦਾ ਸਾਰਾ ਸਮਾਨ ਸਾਫ ਕਰਕੇ ਮੌਜੂਦ ਕੀਤਾ ਸੀ ਇਹਦੀ ਕੋਈ ਸੈਟਿੰਗ ਵਗੈਰਾ ਕਰਨੀ ਹੈ ਇਹ ਹਾਂਡੀ ਦੀ ਇੱਕ ਸੈਟ ਪਈ ਸੀ ਅਤੇ ਇਹ ਜਨਾਬ ਹੋਰ ਸਮਾਨ ਅਤੇ ਟੈਫਟ ਕਵਰ ਵਗੈਰਾ ਅਤੇ ਇਸ ਤਰ੍ਹਾਂ ਨਾ ਇਹ ਚੈੱਕ ਕਰੋ ਜ਼ਬਰਦਸਤ ਮਾਸ਼ਾਅੱਲਾ ਹਰ ਇੱਕ ਬੜੀ ਮਿਹਨਤ ਕੀਤੀ ਹੈ ਸਫਾਈ ਦੀ ਇਹ ਸ਼ਿਫਟਰ ਦਾ ਸਮਾਨ ਅਤੇ ਬਿਲਕੁਲ ਕਲੀਅਰ ਸਾਫ਼ ਹੈ ਸ਼ੀਸ਼ੇ ਦੀ ਤਰ੍ਹਾਂ ਹਰ ਇੱਕ ਐਟਮ ਨੂੰ ਖੁੱਲ੍ਹੀ ਨਹੀਂ ਆਏ ਮੁਕੰਮਲ ਉਹਦੀ ਸਫਾਈ ਦੇਣੀ ਸਟੇਅਰਿੰਗ ਦੀ ਗਰਾਰੀ ਪਈ ਹੈ ਚੈੱਕ ਕਰੋ ਕਿਵੇਂ ਮਾਸ਼ਾਅੱਲਾ ਸ਼ੀਸ਼ੇ ਦੀ ਬਣੀ ਪਈ ਗਰਾਰੀ ਅੱਛੀ ਪਈ ਅਤੇ ਉਹਦੇ ਬਾਅਦ ਹੀ ਜਨਾਬ ਨਾ ਇਹ ਕੋਈ ਸਮਾਨ ਇਹ ਸ਼ਿਫਟਰ 'ਤੇ ਔਰ ਥੱਲੇ ਇਹ ਸ਼ਾਫਟ ਪਈ ਹੈ ਸਟੇਅਰਿੰਗ ਦੀ ਚੈੱਕ ਕਰੋ ਜ਼ੀਰੋ ਦੀ ਕਾਰ ਬਣੀ ਪਈ ਹੈ ਨਵੀਂ ਨਹੀਂ ਚੱਲੀ ਹੋਈ ਹੈ 28-29 ਸਾਲ ਬਾਅਦ ਵੀ ਦੇਖੋ ਕਿ ਕਿਵੇਂ ਸ਼ੀਸ਼ੇ ਵਾਲੀ ਕਾਰ ਪਈ ਹੈ ਬਿਲਕੁਲ ਥੋੜ੍ਹੇ ਮਾਮੂਲੀ ਜਿਹਾ ਇਵੇਂ ਦਾਗ ਇਸ ਬੋਸ਼ ਦੇ ਵਿੱਚ ਲੇਕਿਨ ਬੋਸ਼ ਬਿਲਕੁਲ ਠੀਕ ਹੈ ਢਿੱਲਾ ਵਗੈਰਾ ਨਹੀਂ ਇਹ ਸਿਸਟਮ ਹੈ ਜਨਾਬ ਇਹ ਟੈਪਟ ਬੈਟਰੀ ਹੈ ਮੁਕੰਮਲ ਇਸਨੂੰ ਖੋਲ੍ਹੀ ਪਏ ਇੰਜਣ ਜਿਸ ਟਾਈਮ ਖੋਲ੍ਹੋ ਤਾਂ ਇਹਨੂੰ ਬਿਲਕੁਲ ਪੁਰਜ਼ਾ ਪੁਰਜ਼ਾ ਕਰ ਰਿਹੋ ਬਹੁਤ ਜ਼ਰੂਰੀ ਹੈ ਇਹਦੇ ਵਿੱਚ ਕਾਰਬਨ ਹੁੰਦੀ ਹੈ ਅਤੇ ਪੂਰਾ ਆਇਲ ਨਹੀਂ ਮਾਈ ਸਕਦਾ ਟੈਪਟ ਚਿੜੀਆਂ ਦੇ ਵਿੱਚ ਇਹ ਦੇਖ ਇਹਨੂੰ ਨਾ ਸੁਰਾਖ ਬਿਲਕੁਲ ਬੰਦ ਪੈਣ ਇਤਨੀ ਕਾਰਬਨ ਹੈ ਹੁਣ ਆਰਪੀ ਦੇ ਵਿੱਚ ਥੋੜ੍ਹੀ ਲੱਕੜ ਮਾਰ ਕੇ ਦਿਖਾ ਇਹ ਵਿੱਚੋਂ ਨਾ ਬਿਲਕੁਲ ਬੰਦ ਹੈ ਕੈਂ ਟੈਪਟ ਚਿੜੀ ਦੇ ਵਿੱਚ ਆਇਲ ਵੈਸੀ ਕੈਂ 'ਚ ਨਵੇਂ ਸੀ ਇਹਦੇ ਵਿੱਚ ਆਇਲ ਹੀ ਥੋੜ੍ਹਾ ਜਿਹਾ ਆਉਂਦਾ ਹੈ ਜਿਹੜਾ ਕੇਮ ਦੇ ਵਿੱਚੋਂ ਮਕਸਦ ਅੱਗੇ ਆਉਂਦਾ ਪਿਆਉਂਦਾ ਨਿਕਲ ਕੇ ਨਾ ਕੇਮ ਵਾਲੀ ਸਾਈਡ ਤੋਂ ਅਤੇ ਉਹ ਕੁਝ ਕੇਮ ਦੇ ਵਿੱਚ ਜ਼ਾਇਰ ਥੀ ਜਾਂਦਾ ਇਹਦੇ ਕੰਮ ਆਉਂਦਾ ਲੇਕਿਨ ਇਹ ਸਾਫ਼ ਹੋਵੇ ਤਾਂ ਫੁੱਲ ਸਹੀ ਚੱਲਦਾ ਪਿਆਉਂਦਾ ਜ਼ਰੂਰੀ ਹੈ ਇਹਦੇ ਵਿੱਚ ਆਇਲ ਬੰਦ ਥੀ ਜਾਂਦਾ ਟੈਪਟ ਚਿੜੀਆਂ ਦੇ ਵਿੱਚ ਇਹਨਾਂ ਕੋਲ ਦੇਖੋ ਖੋਲ੍ਹ ਕੇ ਬੜੀ ਕਾਰਬਨ ਪਈ ਹੈ ਜਿਤਨਾ ਵੀ ਇਹਨਾਂ ਨੂੰ ਉੱਤੋਂ ਵਾਸ਼ ਕੀਤਾ ਵਈਏ ਨਾ ਜੇ ਤਾਂ ਇਹਦੇ ਉੱਤੇ ਬੁਰਸ਼ ਨਾ ਮਾਰਿਆ ਵਈਏ ਨਾ ਬਾਫ ਵਾਲਾ ਤਾਂ ਉਸ ਬਗੈਰ ਬਿਲਕੁਲ ਫਜ਼ੂਲ ਹੈ ਇਹ ਸਾਰੀ ਕਾਰਬਨ ਲੋਕ ਆਦਿਨ ਅਸਾਂ ਇੰਜਣ ਕਰਵਾਏ ਅਤੇ ਆਇਲ ਬਹੁਤ ਜਲਦੀ ਕਾਲਾ ਕਰ ਵੈਂਦੇ ਕਿਉਂ ਨਾ ਕਰੇ ਕਿ ਵੀ ਸਫਾਈ ਪਾਉਣੀ ਕਿਉਂ ਟੈਪਟ ਬੈਸਰੀ ਕਦੇ ਕਹਿ ਨਹੀਂ ਖੋਲ੍ਹੀ ਬਿਲਕੁਲ ਪੁਰਜ਼ਾ ਪੁਰਜ਼ਾ ਲੋਕ ਇਸ ਨਹੀਂ ਕਰੀਂਦੇ ਕਿਉਂਕਿ ਇਹਦਾ ਵਲਾ ਫਿੱਟ ਕਰਨਾ ਥੋੜ੍ਹਾ ਟਾਈਮ ਹੀ ਲੱਗਦਾ ਸਾਫ਼ ਕਰਨ 'ਤੇ ਹੀ ਟਾਈਮ ਲੱਗਦਾ ਹੈ ਵਲਾ ਇਹਦੇ ਨਾ ਬੁਸ਼ ਰਲ ਮਿਲ ਪੈਂਦੇ ਬਈ ਕਿਹੜਾ ਕਿੱਥੋਂ ਕੱਢਾ ਸੀ ਤਾਂ ਮਸਲਾ ਕੋ ਨਹੀਂ ਇਹਨੂੰ ਬਿਲਕੁਲ ਇੱਕ ਇੱਕ ਪੁਰਜ਼ਾ ਕਰੋ ਇਹਦੇ ਵਿੱਚ ਕੋਈ ਲੱਕੜ ਮਾਰੋ ਤਾਰ ਮਾਰੋ ਕੋਈ ਚੀਜ਼ ਮਾਰੋ ਇਹਨੂੰ ਵਿੱਚੋਂ ਕਲੀਅਰ ਕਰੋ ਬਿਲਕੁਲ ਜਿਵੇਂ ਰੈਫਲ ਦੀ ਨਾਲੀ ਹੁੰਦੀ ਹੈ ਬੜੇ ਹਾਰਡ ਅੱਛੇ ਲੋਹੇ ਹੁੰਦੇ ਨੇ ਲੇਕਿਨ ਲੋਕ ਇਹਨਾਂ ਦੀ ਕੇਅਰ ਨਹੀਂ ਕਰੀਂਦੇ ਇਹਨਾਂ ਦੇ ਵਿੱਚ ਕਚਰੇ ਬਚ ਪੈਂਦੇ ਨੇ ਉਹ ਕਚਰੇ ਵਾਲਾ ਬੁਸ਼ੋਂ ਕੋ ਖਾ ਪੈਂਦੇ ਔਰ ਇਹਨਾਂ ਦੇ ਬੁਸ਼ ਹੀ ਜਲਦ ਖਤਮ ਨਹੀਂ ਥੀਂਦੇ ਜਿਹੜੇ ਜੈਨੂਅਨ ਬੁਸ਼ ਹੁੰਦੇ ਨੇ ਨਾ ਬੜਾ ਟਾਈਮ ਬਹੁਤ ਟਾਈਮ ਚੱਲ ਪੈਂਦੇ ਨੇ ਦੇਖੋ ਅਤੇ ਅਜੇ ਤਾਈਂ ਵੀ ਠੀਕ ਪੈਣ ਥੋੜ੍ਹੀ ਇਹਨਾਂ ਰਾਡ ਥੋੜ੍ਹਾ ਜਿਹਾ ਖਾਧਾ ਹੋਇਆ ਹੀ ਮੈਂ ਮਾਮੂਲੀ ਨਿਸ਼ਾਨ ਹੈ ਮਹਾਰਾਜ ਠੀਕ ਪੈਣ ਅਗਰ ਜ਼ਿਆਦਾ ਨਿਸ਼ਾਨ ਹੋਵੇ ਨਾ ਇਹਨੂੰ ਚੇਂਜ ਕਰ ਗਏ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਮਸਲਾ ਹੁੰਦਾ ਸਾਊਂਡ ਦਾ ਡੀਜ਼ਲ ਦਾ ਜ਼ੋਰ ਦਾ ਸਭ ਚੀਜ਼ਾਂ ਦਾ ਕਿ ਕਿਸੇ ਟਾਈਮ ਟੈਪਟ ਟੈਟ ਥੀ ਵੈਂਦੇ ਨੇ ਕਿਸੇ ਟਾਈਮ ਆਟੋਮੈਟਿਕ ਢਿੱਲੇ ਥੀ ਵੈਂਦੇ ਆਵਾਜ਼ ਨਹੀਂ ਬਣ ਸਕਦੀ ਟੈਪਟ ਕਰਵੈਸੋ ਅਤੇ ਮੌਕੇ 'ਤੇ ਕੁਝ ਹੋਰ ਹੋ ਸੀ ਚੰਦ ਘੰਟਿਆਂ ਦੇ ਬਾਅਦ ਕੁਝ ਹੋਰ ਥੀ ਗਏ ਸੀ ਅਤੇ ਅਕਸਰ ਇਹ ਚੇਂਜ ਨਹੀਂ ਥੀਂਦੀਆਂ ਜਲਦ ਖਰਾਬ ਹੀ ਨਹੀਂ ਥੀਂਦੀਆਂ ਲੇਕਿਨ ਇਹਨਾਂ ਦੇ ਬੁਸ਼ ਢਿੱਲੇ ਥੀ ਵੈਂਦੇ ਨਾ ਵੱਧ ਪ੍ਰੋਬਲਮ ਬਣਦੀ ਹੈ ਲੇਕਿਨ ਲੋਕ ਬੁਸ਼ ਹੀ ਨਹੀਂ ਲਵੈਂਦੇ ਰਾਡ ਹੀ ਚੇਂਜ ਨਹੀਂ ਕਰੀਂਦਾ ਜਾਂ ਪੂਰੀ ਟੈਪਟ ਬੈਸਰੀ ਚੇਂਜ ਨਹੀਂ ਕਰੀਂਦੇ ਨਾ ਖੋਲ੍ਹ ਕੇ ਵਾਸ਼ ਕੀਤੀ ਅਤੇ ਜ਼ਰੂਰੀ ਇਹਦੇ ਵਿੱਚ ਬਹੁਤ ਸਾਰੀ ਕਾਰਬਨ ਆਈ ਦੇਖੋ ਕਿਤਨੇ ਹੱਥ ਖਾਲੀ ਕੀਤੀ ਬੈਠਾ ਡੀਜ਼ਲ ਨਵਾਂ ਪਾਏ ਉੱਤੋਂ ਤੋਂ ਫੁੱਲ ਧੋਤੀ ਸੀ ਕਲੀਅਰ ਕੀਤੀ ਸੀ ਨਹੀਂ ਥੀਂਦੀ ਕਦੋਂ ਇਹਦੇ ਵਿੱਚ ਇਤਨਾ ਆਇਲ ਹੁੰਦਾ ਜਿਸ ਟਾਈਮ ਹੀ ਡਿੰਗੀ ਕਰਕੇ ਥੋੜ੍ਹੀ ਜਿਹੀ ਮਿਕਸ ਹੋਏ ਆਇਲ ਕੱਲ੍ਹ ਆਇਲ ਕੱਢ ਕੇ ਹਾਂ ਇਹਨੂੰ ਫੁੱਲ ਵਾਸ਼ ਕਰੇ ਤੂੰ ਕੋਈ ਮਸਲਾ ਨਹੀਂ ਇਹਦੇ ਵਿੱਚ ਜੇ ਲੱਕੜ ਟੁੱਟ ਪਈ ਨਾ ਅਤੇ ਹੋਰ ਤਾਰ ਮਾਰੋ ਹੀ ਲੱਕੜ ਨਿਕਲਾ ਸੀ ਤਾਰ ਵੀ ਪਈ ਉਹ ਵੀ ਘੁੰਮਾ ਦਿੰਦੇ ਹਾਂ ਚੈੱਕ ਕਰੀਂਦੇ ਹਾਂ ਮਜ਼ੀਦ ਜ਼ਰੂਰੀ ਹੈ ਇੱਕ ਇੱਕ ਪੁਰਜ਼ਾ ਕਰਨਾ ਸਭ ਚੀਜ਼ ਨੂੰ ਚੈੱਕ ਕਰਨਾ ਚੈੱਕ ਕਰਕੇ ਸਾਫ਼ ਕਰਕੇ ਵਾਸ਼ ਕਰਕੇ ਕਚਰਾ ਕੱਢ ਕੇ ਪੈਸੋ ਅਤੇ ਕੋਈ ਟੈਨਸ਼ਨ ਮਾਸ਼ਾਅੱਲਾ ਨਾ ਸੀ ਦੇ ਕੋਈ 94 ਦੀ ਕਿਵੇਂ ਹਾਲਤ ਆਈ ਕਿ ਲੋਕ ਮਜ਼ਾਕ ਕਰੀਂਦੇ ਹਨ ਯਾਰ ਕਿ ਸਾਰੇ ਪੁਰਾਣੇ ਝੀਲ ਜਿਨ੍ਹਾਂ ਮੈਂ ਕੋਈ ਨਵਾਂ ਹੀ ਗੇਮ ਕੇ ਆਇਆ ਕਰ ਲੇਕਿਨ ਪੁਰਾਣਾ ਨਵਾਂ ਕਰਨ 'ਚ ਮਜ਼ਾ ਆਉਂਦਾ ਨਵੇਂ ਤਾਂ ਵੈਸੇ ਹੀ ਨਵੇਂ ਹੁੰਦੇ ਨੇ ਉਹਨਾਂ 'ਚ ਇਤਨੀਆਂ ਖਾਮੀਆਂ ਨਹੀਂ ਹੁੰਦੀਆਂ ਲੇਕਿਨ ਕਾਲੇ ਆਇਲ ਨਾ ਪਾਏ ਕਰੋ
गेयर दे विच या हाइड्रोलिक असेंबली स्टीयरिंग दे विच कचरा ते काला आयल ओ पतला थी वेंदा है उदे विच जिस चीज दे विच असा आयल कढ है ना उदे विच पहले लकड़ मारी है पीछे आयल कढ है बिल्कुल स्टीयरिंग असेंबली दा तल्लू पुराने मॉडल दा नट हुंदा है इदा मेन पाइप खोलना पौंदा अगर नट होवे ना काबला किली जई लगी हुई उस किली नु खुले सो विच आयल नहीं निकल सी विच लकड़ मरे सो या तार मरे सो क्योंकि विच ओ इतनी कार्बन होंदी है ना किलो किलो इतनी तले भी जमी पई होंदी 95 माशाल्लाह रेडी होनी दा नायक साहब ना आयल गिनावे आयल पावे ते बेशक माशाल्लाह ना हर पासों कहीं ने रेडी होया खड़े बंपर रंग नहीं ने करवाया नायक आके मैं उठा ही करवा के इंसान बहरहाल ठीक है जी में हो गए बेहतर है माशाल्लाह और मजीद जड़ी सेटिंग मैटिंग नायक दी है खुद करन दी करिंदा रासी ते एक ओ जनाब ट्रैक्टर बने ठीक है जी वीडियो अच्छी लगे वीडियो नु लाइक करना है चैनल ते नवे वे चैनल नु सब्सक्राइब करना है अल्लाह हाफिज़।